ਪੀਤਾ ਤੇ ਗਲਾ ਮੇਰਾ ਸੁੱਕ ਗਿਆ ਲੱਗ ਗਲਾ ਸੁੱਕ ਗਿਆ ਤੇ ਪਾਣੀ ਪੀ ਪਾਣੀ ਪੀ ਪਾਣੀ ਕਿੱਥੇ ਆ ਪਾਣੀ ਘੜੇ ਚ ਤੇ ਘੜਾ ਕਿੱਥੇ ਆ ਘੜਾ ਰਸੋਈ ਚ ਰਸੋਈ ਕਿੱਥੇ ਆ ਰਸੋਈ ਘਰ ਚ ਤੇ ਘਰ ਕਿੱਥੇ ਆ ਘਰ ਗਲੀ ਚ ਓਏ ਗਲੀ ਕਿੱਥੇ ਆ ਗਲੀ ਮਹੱਲੇ ਚ ਤੇ ਮਹੱਲਾ ਕਿੱਥੇ ਆ ਮਹੱਲਾ ਸ਼ਹਿਰ ਚ ਓਏ ਸ਼ਹਿਰ ਕਿੱਥੇ ਆ ਸ਼ਹਿਰ ਜ਼ਿਲ੍ਹੇ ਚ ਤੇ ਜ਼ਿਲ੍ਹਾ ਕਿੱਥੇ ਆ ਜ਼ਿਲ੍ਹਾ ਪੰਜਾਬ ਚ ਤੇ ਪੰਜਾਬ ਕਿੱਥੇ ਆ ਪੰਜਾਬ ਇੰਡੀਆ ਚ ਓਏ ਇੰਡੀਆ ਕਿੱਥੇ ਆ ਇੰਡੀਆ ਦੁਨੀਆ ਚ ਤੇ ਦੁਨੀਆ ਕਿੱਥੇ ਆ ਦੁਨੀਆ ਧਰਤੀ ਤੇ ਤੇ ਧਰਤੀ ਕਿੱਥੇ ਆ ਧਰਤੀ ਪਾਣੀ ਚ ਤੇ ਪਾਣੀ ਕਿੱਥੇ ਆ ਪਾਣੀ ਘੜੇ ਚ ਹੋਰ ਕਿੱਥੇ ਆ ਇਹ ਹੱਸਣ ਵਾਲੀ ਗੱਲ ਤੇ ਹੈ ਕੋਈ ਦੱਸਣ ਵਾਲੀ ਗੱਲ ਵੀ ਹੈਗੀ ਦੱਸਣ ਵਾਲੀ ਕਿਹੜੀ ਜੇ ਅੱਜ ਤੋਂ ਯਾਨੀ ਹੁਣ ਤੋਂ ਹੀ ਪਾਣੀ ਅਸੀਂ ਲੋਕਾਂ ਨੇ ਨਾ ਬਚਾਇਆ ਤੇ ਆਉਣ ਵਾਲੇ ਸਮੇਂ ਚ ਸਾਰੀ ਧਰਤੀ ਦਾ ਪਾਣੀ ਘੜੇ ਜਿੰਨੇ ਰਹਿ ਜਾਣਾ ਵਾਕਿਆ ਗੁੱਲੇ ਸ਼ਾਹ ਤੇਰੀ ਗੱਲ ਤੇ ਬਿਲਕੁਲ ਸਹੀ ਹੈ ਪਾਣੀ ਬਚਾਉਣਾ ਚਾਹੀਦਾ ਬਚਾਉਣਾ ਮੈਂ ਵੀ ਪਾਣੀ ਬਚਾਉਣਾ ਆਪਣੇ ਹਿਸਾਬ ਨਾਲ ਤੂੰ ਆਪਣੇ ਹਿਸਾਬ ਨਾਲ ਕਿੱਦਾਂ ਬਚਾਉਣਾ ਵੇਖੋ ਪਾਣੀ ਕਿਸੇ ਤਰ੍ਹਾਂ ਦਾ ਬਚਾਉਣਾ ਚਾਹੀਦਾ ਹਾਂ ਤੇਰਾ ਕੀ ਤਰੀਕਾ ਕਿਸ ਤਰ੍ਹਾਂ ਮੇਰਾ ਤਰੀਕਾ ਪਾਣੀ ਠੰਡਾ ਹੋਵੇ ਗਰਮ ਹੋਵੇ ਉਬਲਿਆ ਹੋਵੇ ਤੱਤਾ ਹੋਵੇ ਨਿੱਘਾ ਹੋਵੇ ਕੋਸਾ ਹੋਵੇ ਕੋੜਾ ਹੋਵੇ ਕਸੈਲਾ ਹੋਵੇ ਵਧੀਆ ਹੋਵੇ ਮੈਲਾ ਹੋਵੇ ਨੀਲਾ ਹੋਵੇ ਚਿੱਟਾ ਹੋਵੇ ਮਿੱਠਾ ਹੋਵੇ ਫਿੱਕਾ ਹੋਵੇ ਬੰਬੀ ਦਾ ਹੋਵੇ ਨਾਲੇ ਦਾ ਹੋਵੇ ਨਹਿਰ ਦਾ ਹੋਵੇ ਖਾਲੇ ਦਾ ਹੋਵੇ ਖੂਹ ਦਾ ਹੋਵੇ ਟੂਟੀ ਦਾ ਹੋਵੇ ਨਲਕੇ ਦਾ ਹੋਵੇ ਘੜੇ ਦਾ ਹੋਵੇ ਸਰਾਈ ਦਾ ਹੋਵੇ ਦਰਿਆ ਦਾ ਹੋਵੇ ਪੱਤਣ ਦਾ ਹੋਵੇ ਛੱਪੜ ਦਾ ਹੋਵੇ ਭਾਵੇਂ ਮੀਂਹ ਦਾ ਹੋਵੇ ਆਪਾਂ ਕਿਹੜਾ ਨਹਾਉਣਾ ਆਪਾਂ ਤਾਂ ਪਾਣੀ ਬਚਾਉਣਾ ਕਹਿੰਦੇ ਹਵਾ ਨੂੰ ਸ਼ੁੱਧ ਬਣਾਓ ਤੇ ਪਾਣੀ ਨੂੰ ਖੁਦ ਬਚਾਓ ਸਾਡਾ ਇਹੋ ਹੀ ਨਾਰਾ ਇਹ ਪਾਣੀ ਬਚਾਉਣ ਦੇ ਨਾਂ ਦੇ ਤਾੜੀਆਂ ਵਜਾ ਦਿਓ ਜਰਾ ਅੱਜ ਜ਼ਰੂਰਤ ਹੈ ਇਸ ਚੀਜ਼ ਦੀ ਵਾਕਿਆ ਗੁੱਲੇ ਸ਼ਾਹ ਬਹੁਤ ਵਧੀਆ।